चुगे
जाने तेरे अथा सागर जिथा पाई जा सकती भी तेरी कीमत ना पवे क्या कहा क्या हो गया जा रहा
चरण कमल की मौज में रहो अंत आला जदो तेरे चरण छो तेरे चरणा विच बैठन जुड़न का समा मिल जाता है मैनू नरक का डर नहीं रहता स्वर्ग का लालच नहीं रहता सुख है उत्थे मसला इतो शुरू होना सुरग नरक दो एक ओ क्रिया ने जिस जाल विच पूरी मनुखता फसी हुई है नरक तो बचना चाहती ये गल वक्री है कुछ लोग मरण तो बाद दे नरक दी स्वर्ग दी गल करते ने कुछ लोग एथे दे नरक ते स्वर्ग की गल करते पर मकसद उन्हों का एक वह भी समझते नरक कोई दुख है भावें बाद विच मिलता है स्वर्ग कोई सुख है जो भावें बाद विच मिलता है वह भी समझते ने नरक कोई दुख है जिहड़ा इत्थे ही भोगना पैंदा है स्वर्ग कोई सुख है जिहड़ा इत्थे ही मनुख नूं नसीब हो जाता है पर गल्लां तो दोनों ही दिमाग विच विचारां विच काम कर दियां ने स्वर्ग तो परहेज उन्दे तो दूरी उन्दे तो बचाओ उन्दे उन्दा प्यार ते नरक विचों दूरी दोनों गल्लां पर पिछली बार इसने ना दोहां चीजां तो बाहर निकलन का एक ही तरीका है ना दुख का एहसास हो ना सुख का हो सुख की होना हो दुख की पीड़ता की सहन शक्ति हो दोनों चीजें गुरु ने बाणी में एम नहीं आख दिता दुख दारू सुख रोग वै सुख एक हो जो होमे दीर्घ रोग है दारू पैदा कर पर पिछली बार मसला यह सी भी जे इन दोहों चीजों को बचना है तो मालिक के चरणों नाल जुड़ा जिथे दुख का डर खत्म हो जाए सुख की चाहत खत्म हो जाए सुरग नरक ते मैं सतगुरु के प्रसाद चरण कमल की मौज में रहो अंत आराधना उनके विचो सवाल खड़ा होया कि चरण कमल विच इन्नी मौज है फिर मैनू भी दस लो जिन्हें धर्म कर्म ने भावें वो रसम बन गए ने हैं तो इसे भी ना कुछ जानना चाहते पर एक ख्याल करो रसम कभी ज्ञान नहीं बनती
ਸਾਡਾ ਦੁਖਾਂਤ ਕੀ ਹੈ। ਗੱਲਾਂ ਰੱਬ ਦੀਆਂ ਰੋਜ਼ ਹੁੰਦੀਆਂ ਨੇ, ਹਰ ਗੁਰਦੁਆਰੇ ਵਿੱਚ ਹੁੰਦੀਆਂ ਨੇ, ਕਿਸੇ ਨਾ ਕਿਸੇ ਪ੍ਰਭੂ ਦੇ ਨਾਮ ਥੱਲੇ ਹੁੰਦੀਆਂ ਨੇ। ਭਾਵੇਂ ਕੋਈ ਅੱਲਾ ਆਖ ਕੇ ਕਰੇ, ਕੋਈ ਰਾਮ ਆਖ ਕੇ ਕਰੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾ, ਕਿਸੇ ਨਾ ਕਿਸੇ ਨਾਮ ਥੱਲੇ ਉਹ ਰੱਬ ਦੀਆਂ ਸਿਫਤਾਂ ਗੁਰਦੁਆਰਿਆਂ ਵਿੱਚ, ਮਸਜਿਦਾਂ ਵਿੱਚ, ਚਰਚਾਂ ਵਿੱਚ, ਮੰਦਰਾਂ ਵਿੱਚ ਹੁੰਦੀਆਂ ਨੇ। ਪਰ ਕਿੱਡੀ ਅਜੀਬ ਗੱਲ ਹੈ, ਮਨੁੱਖ ਉਹਨਾਂ ਗੱਲਾਂ 'ਤੇ ਵਿਸ਼ਵਾਸ ਕਰ ਬੈਠਾ। ਲਓ ਇੱਥੇ ਰੋਲ ਹੈ ਕਿ ਰਸਮ ਹੀ ਪੂਰੀ ਕਰ ਰਿਹਾ। ਕੌੜੀ ਸੱਚਾਈ ਹੈ, ਅਸੀਂ ਕਿਸੇ ਨੂੰ ਕਹੀਏ ਨਾ ਕਹੀਏ, ਮੰਨੀਏ ਨਾ ਮੰਨੀਏ, ਪਰ ਅੰਦਰ ਅੰਤਰ ਆਤਮੇ ਸਾਨੂੰ ਪਤਾ ਹੋਣਾ ਚਾਹੀਦਾ। ਜਾਣੀਏ, ਇੱਕ ਦੂਜੇ ਨੂੰ ਨਾ ਦੱਸੀਏ, ਪਰ ਆਪਣੇ ਆਪ ਤੋਂ ਸਵਾਲ ਕਰਕੇ ਜ਼ਰੂਰ ਪੁੱਛੀਏ ਵੀ ਜਿਹੜੀਆਂ ਗੱਲਾਂ ਤੂੰ ਸਦੀਆਂ ਤੋਂ ਸੁਣ ਰਿਹਾ ਕਿਸੇ ਨਾ ਕਿਸੇ ਧਰਮ ਸਥਾਨ 'ਤੇ ਬੈਠ ਕੇ ਜਾਂ ਕਰ ਰਹੇ, ਕਿਉਂਕਿ ਅੱਜ ਹਾਲਤ ਇਹ ਹੈ ਕਿ ਸਾਡੀ ਜ਼ਿੰਦਗੀ ਦਾ, ਮਨੁੱਖੀ ਜ਼ਿੰਦਗੀ ਦਾ ਕਰੋੜਾਂ ਰੁਪਇਆ ਸਰਮਾਇਆ ਕੇਵਲ ਰੱਬ ਦੀਆਂ ਗੱਲਾਂ ਕਹਿਣ ਅਤੇ ਸੁਣਨ 'ਤੇ ਲੱਗ ਰਿਹਾ। ਜਾਂ ਕਿ ਤੁਸੀਂ ਦੇਖੋ ਵੱਡੇ ਵੱਡੇ ਕੀਰਤਨ ਦਰਬਾਰ ਹੁੰਦੇ ਨੇ, ਉਹਨਾਂ ਕੀਰਤਨ ਦਰਬਾਰਾਂ ਵਿੱਚ ਕੀ ਹੁੰਦਾ? ਕੀਰਤੀ ਰੱਬ ਦੀਆਂ ਗੱਲਾਂ, ਕਰੋੜਾਂ ਰੁਪਏ ਲੱਗ ਜਾਂਦੇ ਨੇ, ਲੱਖਾਂ ਰੁਪਏ ਲੱਗਦੇ ਨੇ ਇੱਕ ਇੱਕ ਕੀਰਤਨ ਦਰਬਾਰ ਵਿੱਚ, ਸੈਂਕੜਿਆਂ ਦੀ ਤਾਦਾਦ ਵਿੱਚ ਹੋ ਰਿਹਾ। ਉੱਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਨੇ। ਹੁਣ ਰੱਬ ਦੀਆਂ ਗੱਲਾਂ ਵਿੱਚ ਪਰਿਭਾਸ਼ਾ ਤਾਂ ਨਹੀਂ ਨਾ ਬਦਲ ਸਕਦੀ। ਹਰ ਗੁਣ ਜਿਹੜਾ ਹੈ ਉਹ ਰੱਬ ਨਾਲ ਸਾਂਝ ਰੱਖਦਾ। ਰੱਬ ਦੀਆਂ ਗੱਲਾਂ ਵਿੱਚ ਅਸੀਂ ਇਹ ਸ਼ਾਮਲ ਨਹੀਂ ਕਰ ਸਕਦੇ ਕਿ ਰੱਬ ਕਹਿੰਦਾ ਝੂਠ ਬੋਲੋ, ਕਿਸੇ ਨਾਲ ਧੋਖਾ ਕਰੋ, ਕਿਸੇ ਨਾਲ ਬੇਇਨਸਾਫੀ ਅਨਿਆਏ ਕਰੋ। ਪ੍ਰਭੂ ਦੀਆਂ ਗੱਲਾਂ ਕਰਨ ਵਾਲਾ ਕੋਈ ਮਨੁੱਖ ਭਾਵੇਂ ਹੋਵੇ ਉਹ ਇਹ ਨਹੀਂ ਆਖੇਗਾ। ਪ੍ਰਭੂ ਦੀ ਮਰਜ਼ੀ ਇਹ ਹੈ ਕਿ ਸੰਸਾਰ ਅੰਦਰ ਅਨਿਆਏ ਹੋਵੇ, ਜ਼ੁਲਮ ਹੋਵੇ, ਗਰੀਬ ਮਾਰ ਹੋਵੇ, ਕੋਈ ਨਹੀਂ ਕਹਿੰਦਾ। ਤੇ ਐਨੀ ਦੁਨੀਆ ਕਰ ਰਹੀ ਹੈ, ਸੁਣਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਲੱਖਾਂ ਦੀ ਤਾਦਾਦ ਵਿੱਚ ਲੋਕਾਂ ਦਾ ਇਕੱਠ ਹੁੰਦਾ ਤਾਂ ਕਿ ਦੁਨੀਆ 'ਚੋਂ ਅਨਿਆਏ ਖਤਮ ਹੋ ਗਿਆ। ਜਿਹੜੇ ਸੁਣਨ ਵਾਲੇ ਨੇ ਭਲਾ ਉਹ ਅਨਿਆਏ ਨਹੀਂ ਕਰਦੇ? ਜਿਹੜੇ ਰੱਬ ਦੀਆਂ ਗੱਲਾਂ ਸੁਣਨ ਵਾਲੇ ਨੇ ਉਹ ਝੂਠ ਨਹੀਂ ਬੋਲਦੇ? ਮੰਨੀਏ, ਅਸੀਂ ਕਿਸੇ ਦੇ ਸਾਹਮਣੇ ਨਾ ਮੰਨੀਏ, ਲੇਕਿਨ ਮਨ ਤਾਂ ਮੰਨਦਾ ਹੈ ਨਾ, ਅੰਦਰ ਦੀ ਆਤਮਕ ਆਵਾਜ਼ ਤੇ ਹੈ ਨਾ ਵੀ ਅਸੀਂ ਕੀ ਕਰ ਰਹੇ ਹਾਂ, ਕੀ ਝੂਠ ਖਤਮ ਹੋ ਗਿਆ, ਅਨਿਆਏ ਖਤਮ ਹੋ ਗਿਆ, ਬੇਇਨਸਾਫੀ ਖਤਮ ਹੋ ਗਈ, ਜ਼ੁਲਮ ਖਤਮ ਹੋ ਗਿਆ, ਕੁਝ ਵੀ ਤਾਂ ਖਤਮ ਨਹੀਂ ਹੋਇਆ। ਇਸ ਸਰਮਾਇਆ ਵੀ ਕਰੋੜਾਂ ਰੁਪਏ ਲੱਗ ਰਿਹਾ, ਸਥਾਨ ਵੀ ਬਣੇ ਹੋਏ ਨੇ, ਉੱਥੇ ਦੋਨੋਂ ਵਕਤ ਗੱਲਾਂ ਵੀ ਰੱਬ ਦੀਆਂ ਹੁੰਦੀਆਂ ਨੇ ਤੇ ਉਹ ਹੋਏ ਹੁੰਦੀਆਂ ਨੇ ਜਿਹੜਾ ਕੁਝ ਅਸੀਂ ਕਰ ਰਹੇ ਹਾਂ ਉਸਦੇ ਅਗੇਂਸਟ ਕੀ ਕਰ ਰਹੇ। ਉਹਦਾ ਜਵਾਬ ਹੈ ਅੱਜ ਦੇ ਸਲੋਕਾਂ ਵਿੱਚ, ਪਿਛਲੀ ਵਾਰ ਦੇ ਸਲੋਕ ਵਿੱਚ ਸੀ ਕਿ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰਾਮ, ਨਾ ਮੈਨੂੰ ਸਵਰਗ ਦਾ ਲਾਲਚ, ਨਾ ਮੈਨੂੰ ਨਰਕ ਦਾ ਡਰ, ਕਿਉਂਕਿ ਮਾਲਕ ਦੇ ਚਰਨਾਂ ਵਿੱਚ ਜਾ ਕੇ ਇੱਕ ਐਸਾ ਸੰਸਾਰ ਪੈਦਾ ਹੋ ਜਾਂਦਾ, ਇੱਕ ਐਸੀ ਦੁਨੀਆ ਦੀ ਸਿਰਜਣਾ ਹੋ ਜਾਂਦੀ ਹੈ ਜਿੱਥੇ, ਜਿਵੇਂ ਬਾਬਾ ਨਾਮਦੇਵ ਜੀ ਦਾ ਸ਼ਬਦ ਹੈ ਨਾ, ਇੱਥੇ ਬਸ ਨਹੀਂ ਭਗਤ ਰਵਿਦਾਸ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗਾ ਬੇਗਮਪੁਰਾ ਸ਼ਹਿਰ ਕੋ ਨਾਓ, ਸਵਰਗ ਹੋਤੀ ਹੈ,
ਹਾਲਾਂਕਿ ਜਿਹੜੀ ਪਰਿਭਾਸ਼ਾ ਪਿਛਲੀ ਵਾਰ ਆਪਾਂ ਸਵਰਗ ਦੀ ਗੁਰਬਾਣੀ ਵਿੱਚੋਂ ਕੀਤੀ ਉਹ ਤੇ ਬਿਲਕੁਲ ਵੱਖਰੀ ਹੈ ਨਾ। ਪਰ ਚਲੋ ਜੇ ਅਸੀਂ ਉਹਨੂੰ ਕੇਵਲ ਸੁੱਖਾਂ ਦੇ ਘੇਰੇ ਵਿੱਚ ਹੀ ਲੈ ਲਈਏ, ਵੈਸੇ ਤਾਂ ਜੋ ਕੁਝ ਸਵਰਗ ਦੀ ਭਾਸ਼ਾ ਪਿਛਲੀ ਵਾਰ ਕਲੀਅਰ ਹੋਈ ਹੈ ਕਿ ਇਸਲਾਮ ਵਿੱਚ ਵੀ ਬਿਹਿਸ਼ਤ ਕੀ ਹੈ ਤੇ ਹਿੰਦੂਇਜ਼ਮ ਵਿੱਚ ਵੀ ਸਵਰਗ ਕੀ ਹੈ, ਤਾਂ ਉੱਥੋਂ ਤੋਂ ਇਹੋ ਨਜ਼ਰ ਆਉਂਦਾ ਹੈ ਕੇਵਲ ਐਸ਼ ਪ੍ਰਸਤੀ ਦੇ ਕਲੱਬ ਨੇ, ਐਸ਼ ਦਾ ਕਲੱਬ ਹੈ। ਪਰ ਚਲੋ ਉਸ ਗੱਲ ਨੂੰ ਛੱਡ ਦੇ, ਇਹ ਨਹੀਂ ਤੇ ਗੱਲ ਬਣਨੇ ਆ ਵੀ ਅਸੀਂ ਸਵਰਗ ਸੁੱਖ ਨੂੰ ਕਹਿੰਦੇ ਨੇ, ਨਰਕ ਦੁੱਖ ਨੂੰ ਕਹਿੰਦੇ ਨੇ। ਪਰ ਜੇ ਇੰਨੀ ਗੱਲ ਹੀ ਮੰਨ ਲਈਏ ਕਿ ਸਵਰਗ ਸੁੱਖ ਹੈ, ਨਰਕ ਦੁੱਖ ਹੈ, ਤਾਂ ਹਜ਼ੂਰ ਕਹਿੰਦੇ ਨੇ ਇਹ ਗੱਲ ਮੰਨਣ ਤੋਂ ਬਾਅਦ ਵੀ ਸਾਨੂੰ ਇਹ ਤਾਂ ਸੋਚਣਾ ਪਵੇਗਾ ਅਸੀਂ ਇੱਕ ਐਸਾ ਸੰਸਾਰ ਪੈਦਾ ਕਰ ਲਈਏ ਜਿੱਥੇ ਸੁੱਖ ਹੋਵੇ, ਤਾਂ ਹੀ ਸਵਰਗ। ਤੇ ਇਹੋ ਗੱਲ ਭਗਤ ਰਮਦਾਸ ਨੇ ਆਖੀ, ਕਹਿਣ ਲੱਗਾ ਬੇਗਮਪੁਰਾ ਸ਼ਹਿਰ ਕੋਲ ਨਾ ਕਹਿੰਦਾ ਪੁੱਤਰ ਸਵਰਗ ਦੀ ਗੱਲ ਕੀਤੀ, ਗੁਰਮਤ ਸਵਰਗ ਬੇਗਮਪੁਰਾ ਜਿੱਥੇ ਗਮ ਕੋਈ ਨਾ ਹੋ, ਜਿੱਥੇ ਠੰਡੇ ਹੌਕੇ ਨਾ ਹੋਣ, ਬੇਗਮਪੁਰਾ ਸ਼ਹਿਰ ਕੋ ਨਾ ਹੋ, ਦੁੱਖ ਅਦੋ ਨਹੀਂ ਤੇਠਾਓ, ਨਾ ਤਸਵੀਰ ਖੇਰਾਜ ਨਾ ਮਾਲ, ਖੌਫ ਨਾ ਖਤਾ ਨਾ ਜਦ ਤਰਸ ਜਵਾਲ, ਜਿੱਥੇ ਕਿਸੇ ਦਾ ਡਰ ਨਾ ਹੋਵੇ, ਉਹਦਾ ਸੰਸਾਰ ਸਿਰਜਣਾ, ਉਹਦੀ ਦੁਨੀਆਂ ਦੀ ਸਾਜਨਾ ਕਰਨਾ। ਉੱਥੇ ਆਖਿਆ ਆਬ ਮੈਂ ਖੂਬ ਵਤਨ ਗਏ ਭਾਈ, ਕਿਉਂ? ਕਿਉਂਕਿ ਉਹ ਖੈਰ ਸਦਾ ਮੇਰੇ ਭਾਈ, ਉੱਥੇ ਹਮੇਸ਼ਾ ਸੁੱਖ ਹੀ ਸੁੱਖ ਹੈ। ਐਸੇ ਸੰਸਾਰ ਦੀ ਸਿਰਜਣਾ ਜੇ ਭਲਾ ਕਰਨੀ ਹੋਵੇ ਤੇ ਕਿਸੇ ਕੋਲ ਤਾਂ ਪੁੱਛਣਾ ਪਏਗਾ ਨਾ। ਬਸ ਉਹੋ ਗੱਲਾਂ ਅਸੀਂ ਰੋਜ਼ ਮੰਦਰਾਂ ਗੁਰਦੁਆਰਿਆਂ ਵਿੱਚ ਠਾਕੁਰ ਦੁਆਰਿਆਂ ਵਿੱਚ ਕਰਨੇ, ਤੇ ਫਿਰ ਕੀ ਕਾਰਨ ਹੈ? ਅਸੀਂ ਦੁਨੀਆ ਨੂੰ ਬੈਕੁੰਠ ਬੇਗਮਪੁਰਾ ਸ਼ਹਿਰ ਕੋ ਨਾ ਨਹੀਂ ਬਣਾ ਸਕੇ, ਅਸੀਂ ਸੰਸਾਰ ਨੂੰ ਉਹ ਜਿਹਾ ਖੂਬ ਵਤਨ ਕਿਉਂ ਨਹੀਂ ਬਣਾ ਸਕੇ? ਕਿਉਂਕਿ ਅਸੀਂ ਜੋ ਕੁਝ ਉੱਥੇ ਜਾ ਕੇ ਕਰਨੇ ਆ ਉਹ ਸਾਡੀ ਰਸਮ ਹੈ। ਲਓ ਸਾਡਾ ਦੁਖਾਂਤ ਕੀ ਹੈ ਵੀ ਸਭ ਕੁਛ ਕਰੀ ਜਾਂਦੇ। ਇਹ ਗੱਲ ਬਾਬਾ ਕਬੀਰ ਜੀ ਨੇ ਅੱਜ ਦੇ ਸਲੋਕ ਵਿੱਚ ਕਹੀ, ਕਹਿਣ ਲੱਗਾ ਮੇਰੇ ਕੋਲੋਂ ਕੋਈ ਪੁੱਛੇ ਵੀ ਤੈਨੂੰ ਚਰਨ ਕਮਲ ਵਿੱਚ ਕੀ ਮੌਜ ਹੈ, ਉੱਥੇ ਕੀ ਸੁੱਖ ਹੈ? ਕਹਿਣ ਲੱਗਾ ਮੈਂ ਸੋਚੀ ਪੈ ਗਿਆ ਮੈਂ ਇਹਨੂੰ ਕੀ ਸਮਝਾਵਾਂ। ਉਹਦਾ ਜਵਾਬ ਸੀ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਮੈਂ ਕੀ ਅਨੁਮਾਨ ਲਾ ਕੇ ਅੰਦਾਜ਼ਾ ਲਗਾ ਕੇ ਕਿਹੜੀ ਉਦਾਹਰਨ ਦੇ ਕੇ ਕਿਸ ਐਗਜ਼ਾਮਪਲ ਨਾਲ ਮੈਂ ਸਮਝਾਵਾਂ ਕਿ ਮੈਨੂੰ ਚਰਨ ਕਮਲ ਵਿੱਚ ਆਹ ਮੌਜ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕਹਿਣ ਲੱਗੇ ਕਹਿ ਬੇਕੋ ਸੋਭਾ ਨਹੀਂ। ਹੁਣ ਮੇਰੇ ਕੋਲ ਤਾਂ ਉਹ ਸ਼ਬਦਾਵਲੀ ਨਹੀਂ, ਉਹ ਉਦਾਹਰਨ ਐਗਜ਼ਾਮਪਲ ਵੀ ਕੋਈ ਨਹੀਂ ਜਿਹੜੀ ਦੇ ਕੇ ਮੈਂ ਸਮਝਾਵਾਂ ਕਿ ਚਰਨ ਕਮਲ ਵਿੱਚ ਮੌਜ ਕੀ ਹੈ, ਕਿਉਂਕਿ ਉਸ ਚਰਨ ਕਮਲ ਵਿੱਚ ਅਨਿਆਏ ਨਹੀਂ, ਉਸ ਚਰਨ ਕਮਲ ਵਿੱਚ ਉਹ ਖੈਰ ਸਦਾ ਮੇਰੇ ਭਾਈ, ਕਿਸੇ ਨਾਲ ਬੇਇਨਸਾਫੀ ਨਹੀਂ। ਕਿਉਂਕਿ ਰੱਬ ਦੀਆਂ ਜਦੋਂ ਅਸੀਂ ਗੱਲਾਂ ਕਰਨੇ ਹਾਂ ਉਦੋਂ ਇਹੋ ਹੀ ਪਰਿਭਾਸ਼ਾ ਕਰਨੇ ਹਾਂ ਕਿ ਉਹਦੇ ਘਰ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ, ਉਹ ਚੀਜ਼ ਸਾਡੇ ਵਿੱਚ ਨਹੀਂ ਆ ਰਹੀ। ਇਸ ਲਈ ਅਸੀਂ ਬੇਗਮਪੁਰਾ ਉਹ ਖੈਰ ਸਦਾ ਮੇਰੇ ਭਾਈ ਪੈਦਾ ਹੀ ਨਹੀਂ ਕਰ ਸਕੇ। ਕਹਿਣ ਲੱਗੇ ਕਹਿ ਬੇ ਕੋ ਸੋਭਾ ਨਹੀਂ, ਮੈਂ ਕਹਿ ਕੇ ਅੰਦਾਜ਼ਾ ਲਾ ਕੇ ਕਿਸ ਅੰਦਾਜ਼ੇ ਨਾਲ ਸਮਝਾਵਾਂ ਕਿ ਮੇਰੇ ਮਾਲਕ ਦੇ ਚਰਨ ਕਮਲਾਂ ਵਿੱਚ ਆ ਮੌਜ ਹੈ। ਪਹਿਲੀ ਚੀਜ਼ ਕਿ ਮੇਰੇ ਕੋਲ ਸ਼ਬਦਾਂ ਨਹੀਂ, ਕੋਈ ਨਹੀਂ ਮੇਰੇ ਕੋਲ ਐਗਜ਼ਾਮਪਲ, ਕੋਈ ਨਹੀਂ। ਹੁਣ ਆ ਗਏ ਅੱਜ ਦੇ ਸਲੋਕ ਵਿੱਚ, ਇੱਕ ਪਿਛਲੀ ਵਾਰ ਦਾ ਸਲੋਕ। ਹੁਣ ਕਹਿੰਦਾ ਹੈ ਵੀ ਇਹ ਨਹੀਂ ਕਿ ਮੈਂ ਸਮਝਾਵਾਂ ਹੀ ਨਾ, ਛੱਡ ਦੇ
ਕੀ ਕਰਾਂ ਮੇਰੇ ਕੋਲ ਕੋਈ ਅਨੁਮਾਨ ਨਹੀਂ ਮੇਰੇ ਕੋਲ ਕੋਈ ਐਗਜ਼ਾਮਪਲ ਨਹੀਂ ਉਦਾਹਰਣ ਨਹੀਂ ਸਮਝਾਉਣ ਦੀ ਪਰ ਕਹਿਣ ਲੱਗਾ ਇੱਕ ਦੁਖਾਂਤ ਹੈ ਜੇ ਮੈਂ ਕਹਿੰਦਾ ਵੀ ਹਾਂ ਤੇ ਕਿਹਨੂੰ ਕਹਾਂ ਕੋਈ ਸਮਝਦਾ ਹੀ ਨਹੀਂ ਲੋਕ ਅੱਜ ਅਗਲੇ ਪਾਸੇ ਮਸਲਾ ਇਹ ਆ ਨਹੀਂ ਕਿ ਮੇਰੇ ਕੋਲ ਐਗਜ਼ਾਮਪਲ ਕੋਈ ਨਹੀਂ ਇਹ ਨਹੀਂ ਕਿ ਮੈਂ ਸਮਝਾ ਨਹੀਂ ਸਕਦਾ ਦਿਨ ਰਾਤ ਗੱਲਾਂ ਹੋ ਰਹੀਆਂ ਨੇ ਗ੍ਰੰਥ ਲਿਖੇ ਹੋਏ ਮੈਂ ਇੱਕ ਵਾਰ ਕੀਤੀ ਸੀ ਨਾ ਜਿੰਨੇ ਇਸ ਸਬਜੈਕਟ 'ਤੇ ਲਿਖੇ ਹੋਏ ਗ੍ਰੰਥ ਨੇ ਲਿਟਰੇਚਰ ਨੇ ਕਿਸੇ ਵੀ ਸਬਜੈਕਟ 'ਤੇ ਨਹੀਂ ਜਿੰਨੇ ਧਰਮ 'ਤੇ ਰੱਬ ਦੇ ਨਾਮ 'ਤੇ ਸਾਰੀ ਦੁਨੀਆ ਦਾ ਸਬਜੈਕਟ ਜੋੜ ਲਈ ਪਰ ਉਹ ਪੜ੍ਹ ਲਿਖ ਕੇ ਉਹਨਾਂ ਦੀ ਵਾਰ ਵਾਰ ਰਿਪੀਟ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਕੇ ਵੀ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਸਮਾਜ ਨੂੰ ਜੇ ਨਹੀਂ ਬਦਲ ਸਕੇ ਤਾਂ ਉਹਦਾ ਅਗਲਾ ਕਾਰਨ ਕਹਿਣ ਲੱਗੇ ਸਵਾਲ ਮੇਰੇ ਸਾਹਮਣੇ ਸੰਸਾਰ ਹੀ ਕਰਦਾ ਤੂੰ ਰੱਬ ਦੀਆਂ ਗੱਲਾਂ ਕਰਨਾ ਰੱਬ ਦੇਖਿਆ ਹੀ ਇੱਥੋਂ ਹੀ ਮੁਨਕਰ ਹੋ ਜਾਂਦਾ ਰੱਬ ਤੱਕ ਪਹੁੰਚਣਾ ਪ੍ਰਭੂ ਤੱਕ ਪਹੁੰਚਣਾ ਤਾਂ ਉਸ ਤੋਂ ਅਗਲੀ ਗੱਲ ਹੈ ਕਹਿਣ ਲੱਗੇ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ ਕਿ ਪਹਿਲਾਂ ਸਭ ਤੋਂ ਮਨੁੱਖ ਦੇ ਮਨ ਵਿੱਚ ਇਹ ਖਿਆਲ ਆਉਂਦਾ ਰੱਬ ਕਿਸੇ ਨੇ ਵੇਖਿਆ ਹੀ ਨਹੀਂ ਹੈ ਹੀ ਨਹੀਂ ਅੱਜ ਵੀ ਬੜੇ ਲੋਕ ਐਸੇ ਪੈਦਾ ਹੋ ਗਏ ਨੇ ਜਿਹੜੇ ਆਖਦੇ ਨੇ ਰੱਬ ਕਿਸੇ ਨੇ ਵੇਖਿਆ ਰੱਬ ਕੋਈ ਹੈ ਕੋਈ ਤੇ ਰੱਬ ਹੈ ਤੂੰ ਦਿਸਦਾ ਮਨੁੱਖ ਨੂੰ ਕੁਦਰਤ ਨੂੰ ਰੱਬ ਬਣਾਈ ਬੈਠੇ ਕਿਉਂਕਿ ਉਹ ਦਿਸਦੀ ਹੈ ਜਵਾਬ ਬੜਾ ਖੂਬਸੂਰਤ ਕਹਿਣ ਲੱਗੇ ਪਹਿਲਾ ਸਵਾਲ ਹੈ ਤੂੰ ਰੱਬ ਦੇਖਿਆ ਹੁਣ ਦੁਨੀਆਂ ਦਾ ਹਰ ਮਨੁੱਖ ਜਿਹੜਾ ਹੈ ਉਹ ਰੱਬ ਦੇਖਣ ਤੇ ਆ ਕੇ ਖਾਮੋਸ਼ ਹੋ ਜਾਂਦਾ ਉਹਦੀ ਖਾਮੋਸ਼ੀ ਦਾ ਉਹ ਫਾਇਦਾ ਹੈ ਉਠਾਉਂਦਾ ਵੀ ਰੱਬ ਹੈ ਇਸ ਲਈ ਉਹਦੀ ਗੱਲ ਕਰਨੀ ਫਜ਼ੂਲ ਬਣ ਜਾਂਦੀ ਉਹਦਾ ਕੋਈ ਮਤਲਬ ਅਰਥ ਨਹੀਂ ਨਿਕਲਦਾ ਕਹਿਣ ਲੱਗੇ ਪਰ ਦੂਜਾ ਅਗਲਾ ਮਸਲਾ ਇਹ ਹੈ ਵੀ ਜੇ ਮੈਂ ਦੇਖ ਵੀ ਲਿਆ ਹੋਵੇ ਮੰਨ ਲਓ ਮੈਨੂੰ ਕੋਈ ਸਵਾਲ ਕਰੇ ਤੂੰ ਰੱਬ ਦੇਖਿਆ ਤੇ ਮੈਂ ਕਹਾ ਮੈਂ ਦੇਖਿਆ ਚਲੋ ਮੰਨ ਲਓ ਤੇ ਫਿਰ ਮੈਂ ਕਹਾ ਵੀ ਮੈਂ ਦੇਖ ਕੇ ਤੈਨੂੰ ਦੱਸ ਰਿਹਾ ਫਿਰ ਉਹ ਮੰਨ ਜਾਏਗਾ ਭਾਈ ਗੁਰਦਾਸ ਜੀ ਦੇਖ ਲਓ ਪਰ ਮੈਨੂੰ ਯਾਦ ਆਏ ਕਹਿਣ ਲੱਗੇ ਦਰਸ਼ਨ ਦੇਖਣ ਨਾਮ ਦੇ ਉਹ ਭਲਕੇ ਉੱਠ ਤਰਲੋਚਨ ਆਵੇ ਨਾਮ ਦੇ ਕੋਲ ਤਰਲੋਚਨ ਹੁੰਦਾ ਸੀ ਭਗਤ ਕਰਨ ਮਿਲ ਦੋ ਜਣੇ ਦੋਨੋਂ ਮਿਲ ਕੇ ਭਗਤੀ ਕਰਦੇ ਸਨ ਰੱਬ ਦੀਆਂ ਗੱਲਾਂ ਕਰਦੇ ਸਨ ਉਹਨਾਂ ਵਿੱਚੋਂ ਹੁਣ ਦੇਖੋ ਤਰਲੋਚਨ ਨੂੰ ਅਜੇ ਰੱਬ ਦੀਆਂ ਗੱਲਾਂ ਸੁਣਨ ਦਾ ਸੁਭਾਅ ਬਣ ਰਿਹਾ ਅਜੇ ਕਰਨ ਦਾ ਨਹੀਂ ਨਾਮਦੇਵ ਹਰੀਚੰਦ ਸੁਣਾਵੇ ਇੱਥੇ ਲਫ਼ਜ਼ ਕੇਵਲ ਨਾਮਦੇਵ ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੇ ਭਗਤ ਕਰਨ ਮੇਰੇ ਦੋਵੇਂ ਜਣੇ ਉੱਥੇ ਤਾਂ ਦੋਵਾਂ ਦਾ ਨਾਂ ਹੈ ਦੋਵੇਂ ਜਣੇ ਪਰ ਨਾਮਦੇਵ ਹਰੀਚੰਦ ਸੁਣਾਵੇ ਨਾਮਦੇਵ ਰੱਬ ਦੀਆਂ ਗੱਲਾਂ ਸੁਣਾਉਂਦਾ ਉਹ ਸੋਚਣਾ ਹੀ ਜੇ ਭਲਾ ਨਾਮਦੇਵ ਕੋਲੋਂ ਰੱਬ ਦੀਆਂ ਗੱਲਾਂ ਸੁਣ ਕੇ ਤਰਲੋਚਨ ਨੂੰ ਯਕੀਨ ਨਾ ਆਉਂਦਾ ਵਿਸ਼ਵਾਸ ਹੀ ਨਾ ਆਉਂਦਾ ਜਿਹੜਾ ਸਾਨੂੰ ਨਹੀਂ ਆਉਂਦਾ ਸਾਡਾ ਦੁਕਾਨ ਕੀ ਹੈ ਜੇ ਭਲਾ ਵਿਸ਼ਵਾਸ ਹੀ ਨਾ ਆਉਂਦਾ ਤੇ ਕਿਉਂ ਕਹਿੰਦਾ ਵੀ ਮੈਨੂੰ ਵੀ ਦਰਸ਼ਨ ਕਰਾ ਕਹਿਣ ਲੱਗੇ ਮੇਰੀ ਵੀ ਕਰ ਬੇਨਤੀ ਭਾਈ ਸਾਹਿਬ ਨੇ ਆਖਿਆ ਕਹਿ ਲੱਗੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਣ ਜੋ ਕੁਝ ਤੂੰ ਦੇਖਿਆ ਮੈਂ ਵੀ ਦੇਖ ਲਵਾਂ
ਤਾਂ ਹੀ ਨਾ ਜੇ ਉਹਨੂੰ ਇਹ ਵਿਸ਼ਵਾਸ ਆਇਆ ਵੀ ਇਹਨੇ ਦਰਸ਼ਨ ਕੀਤੇ ਨੇ ਮੰਨ ਲਓ ਸਾਡਾ ਗੁਰਬਾਣੀ ਵਿੱਚੋਂ ਅਸੀਂ ਕੁਝ ਲੱਭੀਏ ਕਿਉਂਕਿ ਇੱਥੇ ਮਸਲਾ ਬਾਬਾ ਕਬੀਰ ਜੀ ਦਾ ਇਹ ਆ ਗਿਆ ਕਹਿਣ ਲੱਗਾ ਮੈਂ ਕਰਾਂ ਕੀ ਕਿ ਜੇ ਮੈਂ ਦੇਖ ਕੇ ਵੀ ਕਿਸੇ ਨੂੰ ਆਖਾਂ ਤੇ ਕੀ ਆਖਾਂ ਕੋਈ ਮੇਰੇ ਗੱਲ ਤੇ ਯਕੀਨ ਕਰੇਗਾ ਹੈ ਕਬੀਰ ਦੇਖ ਕੇ ਕਹਿਣ ਲੱਗੇ ਕਬੀਰ ਕੇ ਦੇਖ ਕੇ ਕਹਿ ਕਹੋ ਮੈਂ ਭਲਾ ਦੇਖ ਕੇ ਵੀ ਕਿਸੇ ਨੂੰ ਕਹਾਂ ਤੇ ਕੀ ਕਹਾਂ ਕਹੇ ਨਾ ਕੋ ਪਥਿਆਏ ਮੇਰੇ ਕਹਿਣ ਤੇ ਕੋਈ ਪਥਿਆਏ ਭਾਵ ਵਿਸ਼ਵਾਸ ਕਰੇਗਾ ਦੇਖਿਓ ਇੱਥੇ ਜ਼ਰਾ ਖਲੋਣਾ ਚਾਹੁੰਦਾ ਸਾਡੀ ਅੱਜ ਦੀ ਹਾਲਤ ਇਹ ਹੈ ਦਿਨ ਰਾਤ ਰੱਬ ਦੀਆਂ ਗੱਲਾਂ ਹੁੰਦੀਆਂ ਨੇ ਪਰ ਪਤਿਆਏ ਕੋਈ ਨਹੀਂ ਰਸਮ ਬਹੁਤਾਤ ਸਥਾਨ ਉਹ ਨੇ ਜਿੱਥੇ ਸਵੇਰ ਤੋਂ ਸ਼ਾਮ ਤੱਕ ਕੀਰਤਨ ਹੁੰਦਾ ਰਹਿੰਦਾ ਹੈ ਰੱਬ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜਾਣ ਵਾਲੇ ਵੀ ਜਾਂਦੇ ਨੇ ਪਰ ਮੱਥਾ ਟੇਕ ਕੇ ਪਰਿਕਰਮਾ ਕਰਕੇ ਆ ਜਾਣਾ ਹੀ ਉਹ ਆਪਣਾ ਤੱਕ ਸਮਝ ਲੈਂਦੇ ਜਿਹੜੇ ਬੈਠਦੇ ਵੀ ਨੇ ਦੋ ਚਾਰ ਦਸ ਮਿੰਟ ਅੱਧਾ ਘੰਟਾ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕੀ ਆਖਿਆ ਜਾ ਰਿਹਾ ਹੈ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕੀ ਪੜ੍ਹਿਆ ਜਾ ਰਿਹਾ ਹੈ ਕੁਛ ਪੜ੍ਹਿਆ ਜਾ ਰਿਹਾ ਠੀਕ ਕੀਰਤਨੀ ਕੁਛ ਕੀਰਤਨ ਕਰੀ ਜਾਂਦੇ ਨੇ ਸਾਨੂੰ ਹੁਣ ਸੋਚੋ ਇਹ ਬਣ ਗਈ ਰਸਮ ਜਾਣਾ ਸਾਨੂੰ ਇੱਕ ਲਫ਼ਜ਼ ਮਿੰਦਰਾ ਦੇ ਸਾਡੇ ਵੱਡੇ ਨੁਕਸਾਨ ਦਾ ਕਾਰਨ ਦੋ ਗੱਲਾਂ ਨੇ ਦੋ ਲਫ਼ਜ਼ ਨੇ ਇੱਕ ਰਸਮ ਅਤੇ ਇੱਕ ਪਰੰਪਰਾ ਮਨੁੱਖਤਾ ਜਿਹੜੀ ਹੈ ਦੋ ਚੀਜ਼ਾਂ ਵਿੱਚ ਘਿਰੀ ਹੋਈ ਹੈ ਪਰੰਪਰਾ ਅਤੇ ਰਸਮ ਪਰੰਪਰਾ ਅਤੇ ਰਸਮ ਦੋਨੋਂ ਹੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਿਰਾਰਤ ਨੇ ਪਰੰਪਰਾ ਵੀ ਮਨੁੱਖ ਨੂੰ ਗਿਆਨਹੀਨ ਕਰਦੀ ਵੀ ਮੈਂ ਉਹ ਕੁਝ ਕਰਨਾ ਜੋ ਕੁਝ ਅੱਗੇ ਹੁੰਦਾ ਸੀ ਮੇਰੀ ਪਰੰਪਰਾ ਮੈਂ ਨਹੀਂ ਸਮਝਣਾ ਇਹ ਕਿਉਂ ਹੁੰਦਾ ਸੀ ਅਤੇ ਮੈਂ ਕਿਉਂ ਕਰਨਾ ਕਿਉਂ ਹੀ ਕੋਈ ਮਸਲਾ ਨਹੀਂ ਸਮਝਣ ਦਾ ਅੱਗੇ ਹੁੰਦਾ ਸੀ ਮੇਰੇ ਪਿਤਾ ਪਿਤਾਵਾਂ ਕਰਦੇ ਸਨ ਕਿ ਅੱਜ ਵੀ ਸਾਡੇ ਸਾਹਮਣੇ ਸਵਾਲ ਹੈ ਤੁਸੀਂ ਕੋਈ ਅੱਜ ਵਿਚਾਰ ਦੀ ਗੱਲ ਕਰੋ ਅਤੇ ਆਖਣਗੇ ਕਿ ਉਹ ਕਮਲੇ ਸਨ ਉਹਨਾਂ ਨੂੰ ਪਤਾ ਨਹੀਂ ਸੀ ਤੁਹਾਨੂੰ ਜ਼ਿਆਦਾ ਪਤਾ ਲੱਗ ਗਿਆ ਸੋਚਣ ਦੇ ਦਰਵਾਜ਼ੇ ਬੰਦ ਪਰੰਪਰਾ ਸਾਡੇ ਕੌਮੀ ਮਨੁੱਖੀ ਨੁਕਸਾਨ ਦੇ ਦੋ ਲਫ਼ਜ਼ ਨੇ ਇੱਕ ਪਰੰਪਰਾ ਵੀ ਜੋ ਕੁਝ ਅੱਗੇ ਹੁੰਦਾ ਹੈ ਉਹ ਕਰੀ ਚੱਲੋ ਉਹ ਸਾਡੀ ਪਰੰਪਰਾ ਪਰ ਕਦੀ ਤੁਸੀਂ ਸਤਿਗੁਰੂ ਦੇ ਜੀਵਨ ਸ਼ੈਲੀ ਨੂੰ ਦੇਖੋ ਗੁਰੂ ਨੇ ਹਰ ਉਸ ਪਰੰਪਰਾ ਨੂੰ ਹੀ ਤਾਂ ਤੋੜਿਆ ਜਿਹਦਾ ਕੋਈ ਅਰਥ ਨਾ ਹੋਵੇ ਗੁਰੂ ਨਾਨਕ ਨੇ ਆ ਕੇ ਹਰ ਉਸ ਪਰੰਪਰਾ ਨੂੰ ਚੈਲੰਜ ਕੀਤਾ ਭਗਤਾਂ ਨੇ ਹਰ ਉਸ ਪਰੰਪਰਾ ਨੂੰ ਚੈਲੰਜ ਕੀਤਾ ਜਿਹਦਾ ਕੋਈ ਅਰਥ ਨਾ ਜਿਹਦੇ ਵਿੱਚੋਂ ਕੋਈ ਸਮਝ ਨਾ ਮਿਲੇ ਅਤੇ ਸਾਨੂੰ ਨੁਕਸਾਨ ਵਿੱਚ ਕਾਰਨ ਨੇ ਇੱਕ ਪਰੰਪਰਾ ਅਸੀਂ ਜੋ ਕੁਝ ਹੁੰਦਾ ਉਹ ਕਰੀ ਜਾਣਾ ਅਤੇ ਉਹ ਅੱਖਾਂ ਬੰਦ ਕਰਕੇ ਕਰੀ ਜਾਣਾ ਸੋਚਣ ਦੀ ਵਿਚਾਰਨ ਦੀ ਲੋੜ ਨਹੀਂ ਉਹਦੇ ਨਾਲ ਸਾਡੇ ਜੀਵਨ ਦਾ ਸਮਾਂ ਵੀ ਸਰਮਾਇਆ ਵੀ ਇੰਨੇ ਵੱਡੇ ਵੱਡੇ ਬਣਾਏ ਹੋਏ ਅਸਥਾਨ ਅਤੇ ਉਹਨਾਂ ਅਸਥਾਨਾਂ 'ਤੇ ਦਿਨ ਰਾਤ ਰੱਬ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਪਰੰਪਰਾ ਬਣ ਕੇ ਰਹਿ ਗਈਆਂ ਨੇ ਹਰ ਮਨੁੱਖ ਗੁਰਦੁਆਰੇ ਜਾ ਰਿਹਾ ਦੀਵਾਨ ਸਜਾ ਰਿਹਾ ਗੁਰਪੁਰਬ ਮਨਾਏ ਜਾ ਰਹੇ ਨੇ ਕਰੋੜਾਂ ਰੁਪਏ ਗੁਰਪੁਰਬਾਂ 'ਤੇ ਖਤਮ ਖਰਚ ਕੀਤੇ ਜਾ ਰਹੇ ਨੇ ਪਰ ਪਰੰਪਰਾ ਕਿਉਂਕਿ ਅੱਗੇ ਵੀ ਮਨਾਉਂਦੇ ਸਨ ਹੁਣ ਅੱਗੇ ਨਾਲੋਂ ਜ਼ਿਆਦਾ ਪੈਸਾ ਲਾ ਕੇ ਮਨਾਉਂਦੇ ਬਸ ਇਹੋ ਹੀ ਸਾਡੀ ਪਰੰਪਰਾ ਦੂਜੀ ਹੈ ਰਸਮ ਸਾਡੀ ਰਸਮ ਹੈ ਅਸੀਂ ਉਹ ਰਸਮ ਪੂਰੀ ਕਰਨੀ ਇਹ ਸਮਝਦਿਆਂ ਹੋਇਆਂ ਵੀ ਇਹਦਾ ਕੋਈ ਅਰਥ ਨਹੀਂ ਅਸੀਂ ਰਸਮ ਪੂਰੀ ਕਰਨੀ ਔਰ ਉਹਦੇ 'ਚ ਇੱਕ ਦੁਖਾਂਤ ਹੋ ਰਿਹਾ
ਜਿੰਨਾ ਲੋਕਾਂ ਨੂੰ ਅੱਜ ਦੇ ਯੁੱਗ ਅੰਦਰ ਪੜ੍ਹ ਲਿਖ ਕੇ ਵਿਦਵਾਨ ਯੁੱਗ ਅੰਦਰ ਇਹ ਪਤਾ ਲੱਗ ਗਿਆ ਹੈ ਨਾ ਕਿ ਰਸਮ ਵਿੱਚ ਰਸ ਨਹੀਂ ਹੁੰਦਾ, ਇਹਦਾ ਕੋਈ ਅਰਥ ਤੇ ਮਤਲਬ ਨਹੀਂ ਹੁੰਦਾ, ਫਾਇਦਾ ਨਹੀਂ ਹੁੰਦਾ। ਉਹ ਇਹ ਤਾਂ ਸਮਝ ਗਏ ਨੇ ਪਰ ਉਹ ਰਸਮ ਨੂੰ ਰਸ ਨਹੀਂ ਬਣਾਉਣਾ ਚਾਹੁੰਦੇ, ਉਹ ਰਸਮ ਨੂੰ ਨਿਰਾਰਥ ਸਮਝ ਕੇ ਛੱਡ ਦੇਣਾ ਚਾਹੁੰਦੇ। ਕੋਈ ਦੁਕਾਨ ਹੈ ਦੇਖੋ ਨਾ, ਆਪਾਂ ਗੁਰਦੁਆਰੇ ਜਾ ਕੇ, ਆਪਾਂ ਅਖੀਰ ਵੀ ਗੁਰਦੁਆਰੇ ਜਾਣਾ ਹੈ ਇਸ ਲਈ ਉੱਥੇ ਜਾ ਕੇ ਬਾਣੀ ਸਮਝਣੀ ਹੈ, ਅਤੇ ਜੇ ਉਹਦੀ ਬਜਾਏ ਆਖੀਏ ਵੀ ਗੁਰਦੁਆਰੇ ਜਾ ਕੇ ਬਾਣੀ ਦੀ ਸਮਝ ਨਹੀਂ ਆਉਂਦੀ ਗੁਰਦੁਆਰੇ ਜਾਣੇ ਛੱਡ ਦੇਈਏ, ਅਤੇ ਤੀਜਾ ਆਖੇ ਵੀ ਗੁਰਦੁਆਰੇ ਜਾਣਾ ਨਹੀਂ ਤਾਂ ਗੁਰਦੁਆਰਾ ਹੀ ਢਾ ਦੇਈਏ। ਹੁਣ ਇਹਨਾਂ ਸਾਰੀਆਂ ਚੀਜ਼ ਚੋਂ ਕਿਹੜੀ ਚੀਜ਼ ਚੰਗੀ ਅਤੇ ਸਾਡੀ ਲੋੜ ਦੀ ਸੀ? ਲੋੜ ਦੀ ਤਾਂ ਇਹ ਸੀ ਨਾ ਵੀ ਗੁਰਦੁਆਰੇ ਜਾ ਕੇ ਬਾਣੀ ਸਮਝੀਏ। ਗੁਰੂ ਦੇ ਬਾਣੀ ਵਿੱਚ ਇਹੋ ਗੱਲ ਆਖੀ, ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਫੈਸਲਾ ਦਿੱਤਾ, ਉੱਥੇ ਇਹ ਤਾਂ ਨਹੀਂ ਆਖੇ ਗੁਰਦੁਆਰਾ ਢਾ ਦੇ। ਪਰ ਜਦੋਂ ਅਸੀਂ ਰਸਮੀ ਤੌਰ 'ਤੇ ਕੋਈ ਕੰਮ ਕਰਕੇ ਉਹਨੂੰ ਨਿਰਾਰਥ ਸਮਝ ਲੈਂਦੇ ਹਾਂ, ਮੰਨ ਲਓ ਕਿ ਸਾਨੂੰ ਇਹ ਸੂਝ ਆ ਜਾਂਦੀ ਹੈ ਵੀ ਇਹ ਰਸਮ ਜਿਹੜੀ ਹੈ ਇਹ ਨਿਰਾਰਥ ਹੈ, ਇਹਦਾ ਕੋਈ ਨਹੀਂ, ਅਤੇ ਫਿਰ ਅਸੀਂ ਉਸ ਰਸਮ ਨੂੰ ਰਸ ਵਿੱਚ ਬਦਲੀਏ ਬਜਾਏ ਇਸ ਗੱਲ ਦੇ ਅਸੀਂ ਕਈ ਰਸਮ ਛੱਡ ਦੇਈਏ। ਗੁਰਦੁਆਰੇ ਜਾ ਕੇ ਬਾਣੀ ਦੀ ਸਮਝ ਤਾਂ ਆਉਂਦੀ ਨਹੀਂ, ਗੁਰਦੁਆਰਾ ਹੀ ਢਾ ਦੇਈਏ, ਕੀ ਲੋੜ ਹੈ ਗੁਰਦੁਆਰੇ ਦੀ, ਕੀ ਲੋੜ ਹੈ ਸਤਸੰਗ ਦੀ, ਫਿਰ ਨੁਕਸਾਨ ਕਿਹੜੀ ਗੱਲ 'ਚ ਹੋਇਆ? ਅੱਜ ਦਾ ਸਾਡਾ ਦੁਖਾਂਤ ਇਹੋ ਹੀ ਹੈ ਕਿ ਅਸੀਂ ਰਸਮ ਅਤੇ ਪਰੰਪਰਾ ਦੋ ਚੀਜ਼ਾਂ ਦੇ ਇੰਨ ਬਿੰਨ ਉਸ ਜਾਲ ਵਿੱਚ ਫਸ ਗਏ ਹਾਂ, ਉਹਦੇ ਵਿੱਚੋਂ ਨਿਕਲਦੇ ਹੈ। ਹੁਣ ਕੰਮ ਕਰੀ ਜਾਂਦੇ ਹਾਂ ਰਸਮਾਂ ਵੀ ਅਤੇ ਪਰੰਪਰਾ ਨਾਲ ਵੀ, ਪਰ ਨਿਰਾਰਥ ਕੋਈ ਲਾਭ ਨਹੀਂ ਹੋ ਰਿਹਾ। ਇਹੋ ਗੱਲ ਬਾਬਾ ਕਬੀਰ ਜੀ ਨੇ ਅੱਜ ਦੇ ਸਲੋਕ ਵਿੱਚ ਕਹਿਣ ਲੱਗੇ, ਮੈਂ ਹੁਣ ਕਰਾਂ ਕਿ ਜੇ ਰੱਬ ਦੀਆਂ ਗੱਲਾਂ ਪਹਿਲਾਂ ਮੈਂ ਕਰਦਾ ਸਾਂ ਅਤੇ ਮੈਨੂੰ ਕਹਿੰਦੇ ਸਨ ਤੂੰ ਦੇਖਿਆ, ਅਤੇ ਜੇ ਮੈਂ ਹੁਣ ਦੇਖ ਕੇ ਵੀ ਆਖਾਂ ਤਾਂ ਫਿਰ ਕਿਹੜਾ ਮੇਰੇ 'ਤੇ ਯਕੀਨ ਕਰ ਜਾਂਦੇ ਨੇ, ਫਿਰ ਕਿਹੜਾ ਯਕੀਨ ਕਰ ਜਾਂਦੇ, ਫਿਰ ਵੀ ਰਸਮ ਹੀ ਸਮਝਦੇ ਨੇ। ਪਰੰਪਰਾ ਸੁਣੇ ਨੇ, ਦੇਖ ਕੇ ਆਖਿਆ ਜਾਂ ਨਹੀਂ ਆਖਿਆ ਇਸ ਗੱਲ ਦਾ ਸਾਡੇ ਕੋਲ ਕੀ ਵਿਸ਼ਵਾਸ ਹੈ? ਗੱਲ ਤਾਂ ਫਿਰ ਉਹ ਪਤਿਆਏ ਦੀ ਵਿਸ਼ਵਾਸ ਦੀ ਹੈ। ਕਹਿਣ ਲੱਗੇ ਦੇਖ ਵੀ ਲਵਾਂ ਤੇ ਕਿਹਨੂੰ ਸਮਝਾਵਾਂ, ਕੋਈ ਤਾਂ ਵਿਸ਼ਵਾਸ ਹੀ ਨਹੀਂ, ਕਿਉਂਕਿ ਵਿਸ਼ਵਾਸ ਵੀ ਸਾਡੇ ਵਿੱਚੋਂ ਖੋ ਗਿਆ। ਅੱਜ ਦਾ ਦੁਖਾਂਤ ਇਹ ਵੀ ਹੈ ਕਿ ਜਿੱਥੇ ਅਸੀਂ ਰਸਮਾਂ ਅਤੇ ਪਰੰਪਰਾ ਨਾਲ ਜੁੜ ਗਏ ਹਾਂ ਉੱਥੇ ਸਾਡਾ ਵਿਸ਼ਵਾਸ ਵੀ ਖਤਮ ਹੋ ਗਿਆ। ਕਭੀ ਦੇਖ ਕੇ ਕੋਈ ਮੇਰੇ ਕਹਿਣ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਮੇਰੇ ਰੱਬ, ਹਰ ਜੈਸਾ ਤੈਸਾ ਉਹ। ਹੁਣ ਤਾਂ ਮੈਨੂੰ ਇਹ ਦਿਸਦਾ ਮੈਨੂੰ ਕਿਸੇ ਨੂੰ ਆਖਣ ਦੀ ਲੋੜ ਨਹੀਂ, ਮੈਂ ਆਪ ਗੁਣ ਗਾ ਕੇ ਉਹਦੇ ਵਿੱਚੋਂ ਕੋਈ ਖੁਸ਼ੀ ਆਪਣੇ ਆਪ ਨੂੰ ਸਵਾਰ ਲਵਾਂ, ਮੈਂ ਆਪਣੇ ਜੀਵਨ ਨੂੰ ਸੋਝੀ ਲੈ ਆਵਾਂ। ਮੈਨੂੰ ਕਿਸੇ ਨੂੰ ਸੋਝੀ ਦੇਣ ਦਾ ਕੋਈ ਅਧਿਕਾਰ ਨਹੀਂ, ਕੋਈ ਮੇਰੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ। ਕਹਿਣ ਲੱਗੇ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾ। ਕਹਿਣ ਲੱਗੇ ਫਿਰ ਇਸ ਸੰਸਾਰ ਵਿੱਚ ਇਸ ਦੁਨੀਆਂ ਵਿੱਚ ਇਹੋ ਜਿਹਾ ਜੀਵਨ ਅਤੇ ਇਹੋ ਜਿਹੀ ਬਿਰਤੀ ਕਿਵੇਂ ਬਣੇ ਕਿ ਦੁਨੀਆਂ ਨਹੀਂ ਸੁਧਰਦੀ, ਨਹੀਂ ਪਸੰਦ ਕਰਦੀ, ਜੇ ਉਹ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੀ ਤਾਂ ਨਾ ਕਰੇ, ਚਲੋ ਮੈਂ ਤਾਂ ਬੋਲੋ ਪ੍ਰਭੂ ਦੀ ਹੋਂਦ ਵਿੱਚ ਆਪਣੇ ਆਪ ਨੂੰ ਉਹਦੇ ਚਰਨਾਂ ਵਿੱਚ ਬੈਠ ਕੇ ਖੁਸ਼ੀ ਪ੍ਰਤੀਤ ਕਰਾਂ, ਆਪ ਤਾਂ ਜੁੜਾਂ। ਹੁਣ ਅਗਲੀ ਦੁਪਹਿਰ ਜੋ ਕੀ ਕਰਾਂ? ਕਹਿਣ ਲੱਗੇ ਤੈਨੂੰ ਇਸ ਲਈ ਵੀ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਪਏਗਾ। ਕਹਿਣ ਲੱਗੇ ਉਹ ਐਗਜ਼ਾਮਪਲ ਕੀ ਹੈ? ਕਬੀਰ
ਕਹਿਣ ਲੱਗੇ ਪੂੰਜ ਕਰੀ ਵੇਖੀ ਸਤਿਗੁਰ ਨੇ ਬਾਣੀ ਵਿੱਚ ਆਖਿਆ ਉਡਾ ਉਡਾ ਵਾ ਸੈਕੋ ਸਾਂ ਇਸ ਪਾਛੇ ਬਚਰੇ ਛੜਿਆ ਤੈਨ ਕਵਨ ਖੜਾ ਹੋਇਆ ਕਵਨ ਚੁਗਾ ਹੋਇਆ ਮਨ ਮੈਂ ਸਿਮਰਨ ਕਰਿਆ ਉਹ ਚੁਗਦੀ ਹੈ ਚੋਗਾ ਤੇ ਚਿੱਤ ਵਿੱਚ ਆਪਣੇ ਮਾਲਕ ਦਾ ਆਪਣੇ ਬੱਚਿਆਂ ਦਾ ਧਿਆਨ ਕਰ ਲਈ ਫਿਰ ਚੋਗਾ ਚੁਗਦੀ ਫਿਰ ਆਪਣੇ ਬੱਚਿਆਂ ਦਾ ਧਿਆਨ ਕਰਦੀ ਹੈ ਉਹ ਆਪਣਾ ਮਕਸਦ ਸੈਂਕੜੇ ਕੋਹਾਂ ਤੇ ਉਡੇ ਉਡਾਵੇ ਸੈ ਕੋਸਾਂ ਸੈ ਕੋਹਾਂ ਤੇ ਹਜ਼ਾਰਾਂ ਕੋਹਾਂ ਤੇ ਬੈਠੀ ਹੋਈ ਆਪਣਾ ਮਕਸਦ ਪੂਰਾ ਕਰ ਲੈਂਦੀ ਹੈ ਕਿ ਬੱਚਿਆਂ ਨੂੰ ਨਾਲ ਜੁੜ ਕੇ ਕਿਵੇਂ ਰਹਿਣਾ ਹੈ ਪਰ ਤੇਰੀ ਹਾਲਤ ਕੀ ਹੈ ਤੂੰ ਸੰਸਾਰ ਵਿੱਚ ਰਹਿੰਦਿਆਂ ਹੋਇਆ ਮਾਇਆ ਦੇ ਲਾਲਚ ਵਿੱਚ ਤਾਂ ਜੁੜਿਆ ਹੋਇਆ ਹੈ ਗੁਰਦੁਆਰੇ ਬੈਠ ਕੇ ਵੀ ਤੇਰਾ ਧਿਆਨ ਉੱਥੇ ਹੁੰਦਾ ਮੇਰਾ ਕੰਮ ਕਿਵੇਂ ਚੱਲੇ ਮੇਰਾ ਕਾਰੋਬਾਰ ਕਿਵੇਂ ਚੱਲੇ ਕਹਿਣ ਲੱਗੇ ਪਰ ਤੈਨੂੰ ਵੀ ਉਸ ਪੂਜ ਵਾਲੀ ਇੱਕ ਅਵਸਥਾ ਬਣਾਉਣੀ ਪੈਗੀ ਕਿ ਸੰਸਾਰ ਵਿੱਚ ਰਹਿੰਦੇ ਆ ਰੱਬ ਨਾਲ ਕਿਵੇਂ ਜੁੜਨਾ ਕਹਿਣ ਲੱਗੇ ਵਿਸ਼ਵਾਸ ਪਤਿਆਏ ਨਹੀਂ ਆਉਂਦਾ ਪਤੀਜਨਾ ਨਹੀਂ ਆਉਂਦਾ ਸੋਝੀ ਨਹੀਂ ਆਉਂਦੀ ਓਨੀ ਦੇਰ ਸਭ ਕੁਝ ਰਸਮਾਂ ਅਤੇ ਪ੍ਰਕਰਮਾਂ ਬਣ ਕੇ ਪਰੰਪਰਾਵਾਂ ਬਣ ਕੇ ਰਹਿ ਗਿਆ ਹੈ ਇਸ ਲਈ ਜ਼ਰੂਰਤ ਹੈ ਉਹਨਾਂ ਪਰੰਪਰਾਵਾਂ ਅਤੇ ਉਹਨਾਂ ਰਸਮਾਂ ਤੋਂ ਬਾਹਰ ਨਿਕਲ ਕੇ ਤੂੰ ਉਸ ਮਾਲਕ ਨਾਲ ਜੁੜਨਾ ਆਪਣੀ ਖੁਸ਼ੀ ਪ੍ਰਤੀਤ ਕਰੇ ਅੰਦਰ ਦੀ ਖੁਸ਼ੀ ਪ੍ਰਤੀਤ ਕਰੇ ਆਪਣੇ ਮਕਸਦ ਨੂੰ ਹੱਲ ਹੁੰਦਾ ਦੇਖੇ ਜਿਵੇਂ ਕੂੰਜ ਕਰਦੇ ਹੈ ਉਹਨੇ ਕਦੇ ਕਿਸੇ ਕੋਲੋਂ ਨਹੀਂ ਪੁੱਛਿਆ ਮੇਰੇ ਬੱਚਿਆਂ ਤੱਕ ਮੇਰੀ ਭੇਜੀ ਹੋਈ ਖੁਰਾਕ ਚੋਗ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਉਹ ਚੁਗੇ ਚਿਤਾਰੇ ਵੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰਹੇ ਜੇ ਉਹਨੂੰ ਉਹਦੇ ਬੱਚਿਆਂ ਦੀ ਮਮਤਾ ਇੰਨੀ ਸ਼ਕਤੀ ਦਿੰਦੀ ਹੈ ਅਤੇ ਤੈਨੂੰ ਜੇ ਮਾਲਕ ਨਾਲ ਇੰਨੀ ਮਮਤਾ ਪੈਦਾ ਹੋ ਜਾਏ ਪਿਆਰ ਪੈਦਾ ਹੋ ਜਾਏ ਤਾਂ ਤੈਨੂੰ ਕਿਉਂ ਇਹ ਰਸਮਾਂ ਵਿੱਚੋਂ ਰਸ ਨਹੀਂ ਮਿਲੇਗਾ ਗੁਰੂ ਕਹਿੰਦੇ ਨੇ ਬਸ ਉਹ ਰਸ ਜਿਹੜਾ ਹੈ ਉਹ ਹੀ ਸਵਰਗ ਅਤੇ ਨਰਕ ਤੋਂ ਛੁਟਕਾਰਾ ਪਾਉਂਦਾ ਉਹ ਸੁੱਖ ਦਿੰਦਾ ਉਹ ਹੀ ਚਰਨ ਕਮਲ ਕੀ ਮੌਜ ਪੈਦਾ ਕਰਦਾ ਹੈ ਜਿਹਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਇਹਨਾਂ ਸ਼ਬਦਾਂ ਨਾਲ ਸਿਖਾਂ
फतेह बुलाओ। वाहेगुरु जी का खालसा, वाहेगुरु जी।